हेलो जी, मैं डॉक्टर अमित बेरी, दयानंद मेडिकल कॉलेज हॉस्पिटल लुधियाना तो थोड़े नाल गल कर रहा। मैं इतने एसोसिएट प्रोफेसर मेडिसिन डिपार्टमेंट इतने एज इतने काम कर रहा। हूँ जी सा डिस्कशन है वह कि असं अपने इम्यूनिटी सिस्टम को किस तरह उपर रखिए जिद सू कोविड इनफेक्शन तो ज़्यादा सिमटम्स ना तो असं जल्दी ठीक हो जाए या सू इस तो बच सकी। जी इम्यूनिटी है वो तो ध्यान रखना चाहिए कि साढ़े किस खान पीन तो आती है। जी चीज़ें असं खा रहे हैं वो सू कि चीज़ा खानी चाहिए जिन्हें साढ़े इम्यूनिटी सिस्टम अपरे। पहली गल है कि तुम्हें अपना कोई भी मील मिस नहीं करना चाहिए, जिम्मे आप ब्रेकफास्ट लंच तो डिनर करने सू अपना कोई भी मील मिस करोगे तो इम्यूनिटी लैवल से इफेक्ट होंगे। अपना कोशिश करो कि अपनी जी डाइट है वो रेगुलर टाइम पर खाओ, अपने वो कोई अपना ज़्यादा इंटरवल नहीं होना चाहिए। उसके अलावा तो अपनी डाइट फ्रूट्स वैजीटेबल्स जोड़े होंगे इन्हों अपने फ्रूट्स वगैरह को काफ़ी इंक्लूड करना चाहिए। सानू एक गल का यह ध्यान रखना चाहिए कि फ्रूट्स भी साढ़े मल्टी कलर फ्रूट्स होन, जिन्ने तरह के अलग अलग रंग के फ्रूट्स लोगे उन्ना ही तुहाडे लई चंगा। अपने खाने पीने फ्रूट्स यू इंक्लूड करो, जू यू तुसी अपना फ्रूट जूसिस इंक्लूड करो। इसके अलावा हुण साडी कई जिवें होंदियां विटामिन सप्लीमेंट्स आ गए जिहड़े साडी इम्यूनिटी नूं बूस्ट करदे आ। ਕਿਹੜੇ ਕਿਹੜੇ ਵਿਟਾਮਿਨਸ ਹੁੰਦੇ ਆ ਉਹ ਸਾਡੇ ਹੁੰਦੇ ਆ, ਇੱਕ ਤਾਂ ਵਿਟਾਮਿਨ D3 ਹੁੰਦਾ, ਇੱਕ ਸਾਡੇ ਇਹਦੇ ਵਿੱਚ ਇਹਦੇ ਇਲਾਵਾ ਸਾਡੇ ਇੱਕ ਜ਼ਿੰਕ ਹੁੰਦਾ ਜਿਹੜਾ ਐਲੀਮੈਂਟ ਹੁੰਦਾ ਜਿਹੜਾ ਸਾਡੀ ਇਮਿਊਨਿਟੀ ਨੂੰ ਬੂਸਟ ਅਪ ਕਰਦਾ। ਇਹਦੇ ਇਲਾਵਾ ਵਿਟਾਮਿਨ C ਹੁੰਦਾ। ਸੋ ਵਿਟਾਮਿਨ C, ਜ਼ਿੰਕ ਅਤੇ ਆਪਾਂ ਵਿਟਾਮਿਨ D3 ਦੇ ਸਪਲੀਮੈਂਟ ਲਈਏ ਤਾਂ ਇਹਦੇ ਨਾਲ ਸਾਡਾ ਜਿਹੜਾ ਬੇਸਿਕਲੀ ਇਮਿਊਨਿਟੀ ਲੈਵਲ ਹਾਈ ਰਹਿੰਦਾ ਅਤੇ ਸਾਨੂੰ ਇਹ ਜਿਹੜੀ ਇਨਫੈਕਸ਼ਨ 'ਤੇ ਜ਼ਿਆਦਾ ਅਸਰ ਨਹੀਂ ਹੁੰਦਾ ਅਤੇ ਸਾਡੀ ਬੋਡੀ ਜਿਹੜੀ ਹੁੰਦੀ ਹੈ ਇਨਫੈਕਸ਼ਨ ਨੂੰ ਫਾਈਟ ਕਰਨ ਦੀ ਤਾਕਤ ਜ਼ਿਆਦਾ ਆਉਂਦੀ ਹੈ। ਇਹਦੇ ਇਲਾਵਾ ਸਾਨੂੰ ਇਮਿਊਨਿਟੀ ਸਿਸਟਮ ਨੂੰ ਆਪਣੇ ਇੰਟੈਕਟ ਕਰਨ ਲਈ ਸਭ ਤੋਂ ਵੱਡੀ ਗੱਲ ਹੈ ਇੱਕ ਪ੍ਰੋਪਰ ਰੈਸਟ। ਜਦੋਂ ਵੀ ਕਿਸੇ ਪੇਸ਼ੈਂਟ ਨੂੰ ਇਨਫੈਕਸ਼ਨ ਹੁੰਦੀ ਹੈ, ਕੋਈ ਵੀ ਚਾਹੇ ਵਾਇਰਲ ਹੋਏ ਜਾਂ ਕੋਈ ਵੀ ਕਿਸੇ ਦੀ ਇਨਫੈਕਸ਼ਨ ਹੋਏ, ਉਹਨੂੰ ਆਪਣੀ ਬੋਡੀ ਨੂੰ ਕੰਪਲੀਟ ਰੈਸਟ ਰੱਖਣੀ ਚਾਹੀਦੀ ਹੈ, ਜ਼ਿਆਦਾ ਖੇਚਲ ਨਹੀਂ ਕਰਨੀ ਚਾਹੀਦੀ। ਆਪਣੀ ਨੀਂਦ ਨੂੰ ਵੀ ਪੂਰਾ ਕਰਕੇ ਰੱਖਣਾ ਚਾਹੀਦਾ, ਕਮ ਸੇ ਕਮ ਉਹਨੂੰ 8 ਘੰਟੇ ਸੋਣਾ ਚਾਹੀਦਾ ਜਿਹਦੇ ਨਾਲ ਉਹਦਾ ਇਮਿਊਨ ਸਿਸਟਮ ਪੂਰਾ ਐਕਟਿਵ ਰਹੇ। ਜੇ ਅਸੀਂ ਇਹ ਚੀਜ਼ਾਂ ਧਿਆਨ ਰੱਖੀਏ। ਇੱਕ ਹੋਰ ਜਿਹੜੀ ਚੀਜ਼ ਅਸੀਂ ਕੋਵਿਡ ਇਨਫੈਕਸ਼ਨ ਜਿਹੜੀ ਦੇਖੀ ਹੈ ਉਹ ਹੈ ਗਰਮ ਚੀਜ਼ਾਂ। ਗਰਮ ਚੀਜ਼ਾਂ ਜ਼ਿਆਦਾ ਲੈਣ ਵਾਲਿਆ ਵੀ ਦੇਖਿਆ ਕਿ ਜਿਹੜੀ ਸਾਡੀ ਇਮਿਊਨਿਟੀ ਹੈ ਉਹ ਵੀ ਹਾਈ ਰਹਿੰਦੀ ਹੈ ਅਤੇ ਸਾਨੂੰ ਜਿਹੜਾ ਸਿਮਟਮਸ ਹੈ ਉਹਦੇ ਵਿੱਚ ਵੀ ਕਾਫੀ ਇੰਪਰੂਵਮੈਂਟ ਆਉਂਦੀ ਹੈ। ਸੋ ਗਰਮ ਚੀਜ਼ਾਂ ਕਿਸੇ ਵੀ ਫੋਰਮ 'ਚ ਤੁਸੀਂ ਲੈ ਲਓ, ਜੁਛਾਂਦੇ ਲੈ ਲਓ, ਚਾਹ ਲੈ ਲਓ, ਕਾਫੀ ਲੈ ਲਓ, ਜਿਹੜੀ ਤੁਹਾਨੂੰ ਕੋਈ ਗਰਮ ਚੀਜ਼ ਹੈ ਉਹ ਤੁਸੀਂ ਰੈਗੂਲਰ ਲੈਣੀ ਹੈ। ਗਰਮ ਪਾਣੀ ਵੀ ਤੁਸੀਂ ਰੈਗੂਲਰ ਇੰਟਰਵਲ 'ਤੇ ਲੈਣਾ ਚਾਹੀਦਾ ਤੁਹਾਨੂੰ ਜੇ ਤੁਹਾਨੂੰ ਕੋਈ ਇਹ ਸਿਮਟਮਸ ਲੱਗਦੇ ਆ। ਜੇ ਅਸੀਂ ਇਹ ਛੋਟੀ ਛੋਟੀ ਚੀਜ਼ਾਂ ਧਿਆਨ ਰੱਖੀਏ ਤਾਂ ਸਾਡਾ ਇਮਿਊਨਿਟੀ ਸਿਸਟਮ ਲੈਵਲ ਜਿਹੜਾ ਇਮਿਊਨਿਟੀ ਲੈਵਲ ਹਾਈ ਰਹਿੰਦਾ ਅਤੇ ਸਾਨੂੰ ਇਹ ਜਿਹੜੀ ਇਨਫੈਕਸ਼ਨ ਦੇ ਚਾਂਸਿਸ ਵੀ ਘੱਟ ਜਾਂਦੇ ਆ ਅਤੇ ਜੇ ਹੋ ਵੀ ਜਾਏ ਤਾਂ ਉਹਦੇ ਸਿਮਟਮਸ ਵੀ ਘੱਟ ਆਉਂਦੇ ਆ। ਜੇ ਤੁਸੀਂ ਇਸ ਬਾਰੇ ਇਸ ਟੋਪਿਕ ਬਾਰੇ ਕੋਈ ਤੁਹਾਡੀ ਕੋਈ ਕੁਐਰੀਜ਼ ਹੈ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ ਲਿਖ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਸੈਸ਼ਨ ਵਿੱਚ ਉਹਨਾਂ ਦਾ ਆਨਸਰ ਕਰ ਸਕੀਏ। ਥੈਂਕ ਯੂ।